ਭਾਰਤ ਵਿੱਚ ਬਹੁਤ ਸਾਰੇ ਮੋਬਾਈਲ ਉਪਭੋਗਤਾਵਾਂ ਨੂੰ ਸਰਕਾਰ ਵੱਲੋਂ ਇੱਕ ਗੰਭੀਰ ਐਮਰਜੈਂਸੀ ਅਲਰਟ ਪ੍ਰਾਪਤ ਹੋਇਆ ਹੈ। ਇਹ ਦੇਸ਼ ਦੀ ਨਵੀਂ ਐਮਰਜੈਂਸੀ ਚੇਤਾਵਨੀ ਪ੍ਰਣਾਲੀ ਦੇ ਟੈਸਟ ਦਾ ਹਿੱਸਾ ਹੈ, ਜਿਸ ਨੂੰ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ NDMA ਦੁਆਰਾ ਤਾਇਨਾਤ ਕੀਤਾ ਜਾ ਰਿਹਾ ਹੈ। ਟੈਸਟ ਸੁਨੇਹਾ ਭਾਰਤ ਭਰ ਵਿੱਚ ਸਮਾਰਟਫੋਨਾਂ ਦੇ ਇੱਕ ਬੇਤਰਤੀਬ ਨਮੂਨੇ ਲਈ ਭੇਜਿਆ ਗਿਆ ਸੀ ਅਤੇ ਇਸ ਨਾਲ ਉਪਭੋਗਤਾਵਾਂ ਦੇ ਫੋਨਾਂ ਵਿੱਚ ਇੱਕ ਉੱਚੀ ਬੀਪ ਨਿਕਲਦੀ ਹੈ ਅਤੇ ਇੱਕ ਫਲੈਸ਼ ਸੁਨੇਹਾ ਪ੍ਰਦਰਸ਼ਿਤ ਹੁੰਦਾ ਹੈ ਜਿਸ ਵਿੱਚ ਐਮਰਜੈਂਸੀ ਅਲਰਟ ਗੰਭੀਰ ਲਿਖਿਆ ਹੁੰਦਾ ਹੈ। NDMA ਇਸ ਟੈਸਟ ਦੀ ਵਰਤੋਂ ਚੇਤਾਵਨੀ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਅਤੇ ਕਿਸੇ ਸੰਭਾਵੀ ਸਮੱਸਿਆਵਾਂ ਦੀ ਪਛਾਣ ਕਰਨ ਲਈ ਕਰ ਰਿਹਾ ਹੈ। ਦੂਰਸੰਚਾਰ ਵਿਭਾਗ ਦੁਆਰਾ ਸੈੱਲ ਪ੍ਰਸਾਰਣ ਪ੍ਰਣਾਲੀ ਨੇ ਕਿਹਾ ਕਿ ਮੋਬਾਈਲ ਆਪਰੇਟਰਾਂ ਅਤੇ ਸੈੱਲ ਪ੍ਰਸਾਰਣ ਪ੍ਰਣਾਲੀਆਂ ਦੀ ਐਮਰਜੈਂਸੀ ਚੇਤਾਵਨੀ ਪ੍ਰਸਾਰਣ ਸਮਰੱਥਾ ਦੀ ਕੁਸ਼ਲਤਾ ਅਤੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਸਮੇਂ-ਸਮੇਂ ਤੇ ਅਜਿਹੇ ਟੈਸਟ ਕੀਤੇ ਜਾਣਗੇ। ਸਰਕਾਰ ਭੂਚਾਲ, ਸੁਨਾਮੀ ਅਤੇ ਅਚਾਨਕ ਹੜ੍ਹ ਵਰਗੀਆਂ ਆਫਤਾਂ ਲਈ ਬਿਹਤਰ ਤਿਆਰ ਰਹਿਣ ਲਈ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨਾਲ ਕੰਮ ਕਰ ਰਹੀ ਹੈ। YouTube पर देख रहे हैं तो हमारे चैनल को सब्सक्राइब कीजिए।